छोड़ूंगा तो मैं आऊंगी तुम्हारे से तुम्हारा और काम ना जाओ कानूनी समझ आई। अच्छा जी सारे देखने वाले भैन भाई दस मैं तो भाभी कहने भी इतने ना बना हुआ चौधरी साहब ने ना फोड़ में 18 किसी का नीचे रख नीचे रख फोन नीचे फोन नीचे मर्जी वाले जे दिल कर सारा इतने या उन्नी फट दे दो इतनी उन्नी तो लाना उन्नी तो लाना इधर उठाना फट कटे है ना इतने मेरा तो किधर खड़ा है मां अगले पिलर आ जाएंगे अगे हवेली कर लेनी ही सड़क आ जानी मारना कि नाले आखदे तुसीं माल भी घटा देना बोरा दा वेड़ा ही है बस नहीं फिर तुझे माल भी कटाना तो बस थोड़ा कट कर लो हाँ उस दीवार तक बस बड़ा है इस दीवार तक मकान टोका मोटर तो फिर इस साइड से इधर ही आ जाए पिछो मकान मकान माल आ जाएगा ना
ਤੇ ਵਿੱਚ ਚਾਰ ਜਿਹਨੂੰ ਅਸੀਂ ਕੀ 4 ਫੁੱਟ 3 ਫੁੱਟ ਕੱਢ ਕਰਕੇ ਇਹ ਟੋਕਾ ਮੋਟਰ ਆ ਜਾਏਗਾ, ਬਾਹਰ ਖੁੱਲ੍ਹਣ ਵੀ ਕੰਮ ਦੇਗਾ, ਇੱਥੇ ਵੀ ਬਈ ਖੁੱਲ੍ਹ ਬਣਾਵਾਂਗੇ, ਸਬਜ਼ੀਆਂ ਇੱਥੇ ਵੀ ਕੰਮ ਦੇਗਾ। ਚਲੋ ਆਪਣਾ ਹਿਸਾਬ ਤਾਂ ਤੁਹਾਨੂੰ ਪਤਾ, ਫਿਰ ਲਾ ਲਓ। ਅਤੇ ਉਹ ਜਿੰਨਾ ਉਹ ਉਹਨਾਂ ਮਾਲ ਦਾ ਬਣ ਜਾਏਗਾ ਨਾ, ਅਤੇ ਵਿੱਚ ਉੱਪਰ ਖਤਰਾ ਗਿਆ ਮਾਲ ਟੋਕੇ ਬਸ ਰਾਤ ਜ਼ਿਆਦਾ ਰੱਖਣਾ ਮਾਲ ਹੁਣ ਜਾਣੇ ਵਾਸਤੇ ਵੱਡਾ ਵਿੱਚ ਲਵਾ ਲਾਂਗੇ। ਚਲੋ ਆਪਣਾ ਹਿਸਾਬ ਲਾ ਲਓ ਸਾਹਿਬ, ਮੈਂ ਤੁਹਾਨੂੰ ਹੁਣ ਵੀ ਮਸ਼ਵਰਾ ਦਊਂਗਾ, ਉੱਤੇ ਉਹਦੇ ਉੱਤੇ ਪਾ ਲਓ, ਚੰਗੇ ਰਹੋਗੇ। ਖਰਚਾ ਬਹੁਤ ਵੱਧਣਾ, ਉਹ ਜਿਹੜੀ ਨਹੀਂ ਉਹ ਬਣਾਉਂਦੇ ਸਲੈਬ ਦਿੰਦੇ ਆ ਦੀਵਾਰਾਂ ਦੀ, ਉਹ ਲਵਾਏ ਤਾਂ ਥੋੜ੍ਹੀ ਮੰਗਾ ਪਰ ਅੱਗ ਚਾਰ ਦੀਵਾਰੀ ਵਾਸਤੇ ਠਸਕਾ ਹੀ ਆ। ਉਹ ਸਲੈਬ ਦਿੰਦੇ ਆ 5 ਫੁੱਟ 1-4 ਫੁੱਟ ਲੰਬੀ ਹੁੰਦੀ ਆ, ਉਹ ਦੀਵਾਰ ਉਹ ਬਹੁਤ ਬਣਾ ਰਹੇ ਹੁਣ ਤਾਂ ਲੋਕ ਘਰਾਂ ਨੂੰ ਉਹ ਬਣਾਉਂਦੇ ਆ ਡਿਜ਼ਾਇਨ, ਮਤਲਬ ਉਹ ਸਲੈਬ ਆਉਂਦੀ ਆ 4-1.5 ਦੀ ਚੌੜੀ। ਉਹ ਬਈ ਇੱਧਰ ਜਾਈਏ ਨਾ, ਮਤਲਬ ਉਹਨੂੰ ਫੈਕਟਰੀ 'ਚ ਵੀ ਉਹਨਾਂ ਨੇ ਉਹ ਲਾਈ ਆਈ, ਅਤੇ ਬੜੇ ਜਾਈਏ ਉੱਧਰ ਵੀ ਉਹ ਲਾਈ ਆਈ। ਹਾਂ ਚਲੋ ਆਪਣਾ ਹਿਸਾਬ ਕਿਤਾਬ ਲਾ ਲਓ। ਖਰਚਾ ਘੱਟ ਹੋਵੇ ਤੁਸੀਂ ਕੰਮ ਕਰੋ। ਚਲੋ 2 ਟਰਾਲੀ ਦਾ ਕਰੀਏ ਨਾ, ਹੁਣ ਬਾਅਦ ਵੀ ਪੁੱਛ ਲਾਂ ਕੀ ਕਹਿੰਦੇ ਆ, ਲੇਕਿਨ ਉਹਦੀ ਗਰੰਟੀ ਘੱਟ, ਜਿਹੜੀ ਇਹਦੀ ਮਜ਼ਬੂਤੀ ਜ਼ਿਆਦਾ ਆ। ਜੂਸ ਲੈ ਕੇ ਆਉਂਦੇ ਰੱਖਿਆ ਨਾਲ, ਆਲੂ ਟਮਾਟਰ ਮਿਰਚ ਹੈਗੇ ਸਭ ਲਿਆ, ਸਬਜ਼ੀ ਨਹੀਂ ਲੈ ਕੇ ਆਇਆ, ਕੋਈ ਸਬਜ਼ੀ ਮੈਨੂੰ ਪਸੰਦ ਨਹੀਂ ਆਈ, ਸਬਜ਼ੀ ਲਿਆ ਮਿੱਟੀ ਅੰਡੇ ਪੱਕੇ ਹੋਏ ਸੀ, ਕੀ ਕਰ ਸਬਜ਼ੀ ਨਵੀਂ ਕੋਈ ਨਹੀਂ, ਖਾਤੇ ਸਬਜ਼ੀ ਮੈਂ ਲੈ ਕੇ ਆਇਆ ਫਿਰ, ਅਤੇ ਫਿਰ ਉੱਧਰ ਮੈਂ ਗਿਆ ਕੋਈ ਨਹੀਂ ਹੈਗਾ, ਮੈਂ ਛੇਤੀ ਹੁਣ ਤਾਂ ਮਹੀਨਾ ਤੋੜੀ ਹੋਵੇ। ਅਤੇ ਨਾਲ ਇਹ 'ਚ ਮੈਨੂੰ ਲੱਗਦਾ ਹੈ ਕਿ ਸਮੋਸੇ ਅਤੇ ਇੱਧਰ ਬਰਗਰ ਆ, ਸਮੋਸੇ 2 ਤੁਹਾਡੇ ਵਾਸਤੇ, 2 ਅੰਮੀ ਵਾਸਤੇ, ਟਿੱਬਾ ਵਾਸਤੇ ਬਰਗਰ, ਬਾਈ ਫਿਆਜ਼ ਵਾਸਤੇ 2 ਬਰਗਰ, 1 ਮੇਰੇ ਵਾਸਤੇ। ਆਹ 2 ਫਿਆਲ ਫਿਲਹਾਲ ਰੱਖ ਦੇਣਾ, ਉਹ ਨਾਲ ਆ ਗਈ ਮੌਸਮ ਕੀ ਕਹਿੰਦੀ ਧੀਰਾ ਨੀ ਕਹਿੰਦੀ ਹੈ ਮਿੱਠੀ ਵੀ ਲੋ ਪਲੇਟ ਕਰ ਲਓ ਨਾ, ਚਲ ਇਹ ਪਾਲਾ ਤੂੰ 2 ਪਲੇਟਾਂ ਉਹ ਪਈ ਰਹਿਣ ਦੋ ਬੜੀ, ਇਹ ਮੈਂ ਜ਼ਿਆਦਾ ਲੈ ਕੇ ਆਉਂਦਾ ਹੁੰਦਾ, ਕਹਿ ਕੇ ਪਵਾਉਂਦਾ ਹੁੰਦਾ ਫਿਰ ਮੈਂ। ਆਪਣੀ ਆਪਣੀ ਕਿਸਮਤ ਦੀ ਗੱਲ ਹੈ ਨਾ ਪੁੱਤਰ, ਪਿਆਜ਼ ਥੋੜ੍ਹੇ ਦਿਓ ਨਾਲ, ਅਮਰੀਸ਼ ਜੀ ਨੂੰ ਪਿਆਜ਼ ਵੀ ਹੋਣੀ, ਚਟਨੀ ਵੀ ਹੋਣੀ ਨਾਲ। ਬਲੈਕ ਹੋਰ ਨਹੀਂ ਆ ਗਈ ਕੋਈ ਚਟਨੀ ਵਾਸਤੇ, ਉਹ ਸਾਹਮਣੇ ਬਹਿ ਜਾਓ ਉਹਦੇ ਪਕੜਾ ਦੇ।
ਇਹ ਸਮੋਸੇ ਚਨੇ ਵਾਲੀ ਚਟਨੀ ਵੀ ਹੋਣੀ ਆ, ਮਿੱਠੀ ਵੀ ਹੋਣੀ, ਦੂਸਰੀ ਵੀ ਹੋਣੀ ਆ, ਸਲਾਦ ਵੀ ਹੋਣਾ, ਆਈਟਮਾਂ ਸਾਰੀਆਂ ਲੈ ਕੇ ਆਈਦੀਆਂ ਆਪਾਂ। ਖੀਰਾ ਵਗੈਰਾ ਨਹੀਂ ਲੈ ਕੇ ਆ ਰਿਹਾ, ਖੀਰਾ ਵਗੈਰਾ ਅੱਜ ਕੱਲ੍ਹ ਪੱਕਾ ਆ ਰਿਹਾ, ਤੇ ਮੈਂ ਕਿਹਾ ਉਹਦੀ ਜ਼ਰੂਰਤ ਕੋਈ ਨਹੀਂ। ਚੱਲ ਠੀਕ, ਹਿੱਬਾ ਨਾ ਬੇਟਾ, ਇਸ ਤਰ੍ਹਾਂ ਨਹੀਂ ਖਾਧੇ ਜਾਣੇ ਤੁਹਾਨੂੰ। ਉਹ ਅੰਮੀ ਜੀ ਚਟਨੀ ਤਾਂ ਆਉਣਾ ਯਾਰ, ਉਹ ਪਲੇਟ ਤੁਸੀਂ ਚੱਕ ਕੇ ਦੇਣਾ ਯਾਰ, ਪਲੇਟ ਉਹ ਪਈ ਜੂ ਹੋ ਗਈ ਪਿੱਛੇ, ਉਹ ਚੱਕ ਦੇ ਸ਼ੋਕ ਤੋਂ। ਇਹ ਚੌਕ ਇਹ ਕੋਲੇਜ ਬਣਾ, ਉਹ 'ਚ ਖਾਧੇ ਜਾਂਦੇ ਪਲੇਟ ਵਿੱਚ, ਨਾ ਚਟਨੀ ਟਿਕਣੀ ਨਾ ਹੋਰ, ਵਿੱਚ ਰੱਖ ਕੇ ਬਣਾਓ। ਹਾਂ ਥੋੜ੍ਹੇ ਪਿਆਜ਼ ਅੰਮੀ, ਪਿਆਜ਼ ਪਾਉਣੇ ਅੰਮੀ ਜੀ, ਬਸ ਬਸ ਪਿਆਜ਼ ਬਸ ਕਰ ਬਸ ਕਰ ਅੰਮੀ, ਬਸ ਅੰਮੀ ਬਸ ਚਟਨੀ ਪਾ ਦੇ ਬਸ। ਚਣੇ ਵੀ ਖਾ ਗਏ, ਲੈ ਕੇ ਆਇਆ ਚਲ ਜਿੱਦਾਂ ਦੇ ਬਸ ਪਾ ਦੇ। ਅੰਮੀ ਜੀ ਨਹੀਂ ਦੇ, ਅੰਮੀ ਜੀ ਨੇ ਮਿੱਠੀ ਨਹੀਂ ਖਾਣੀ ਹੈਗੀ, ਭਾਬੀ ਨੇ ਤਾਂ ਭਾਬੀ ਪਕੜ ਪਕੜਾ ਦੇਣੀ, ਭਾਬੀ ਜੀ ਨੇ ਦੇ ਦੋ ਨਾ। ਅੱਛਾ ਮੈਂ ਨਹੀਂ ਖਾ ਲੈਂਦਾ।